ਰੇਲਵੇ ਫਾਟਕ ਤੇ ਵਾਪਰਿਆ ਵੱਡਾ ਹਾਦਸਾ। ਸਕਾਰਪੀਓ ਕਾਰ ਨੂੰ ਲੱਗੀ ਅਚਾਨਕ ਅੱਗ। ਕਨੌਲੀ ਰੇਲਵੇ ਫਾਟਕਾਂ ਤੇ ਇੱਕ ਸਕਾਰਪੀਓ ਗੱਡੀ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਮੌਕੇ ਤੇ ਮਿਲੀ ਜਾਣਕਾਰੀ ਮੁਤਾਬਕ ਪ੍ਰਿੰਸੀਪਲ ਕੁਲਦੀਪ ਸਿੰਘ, ਜੋ ਕਿ ਸਰਕਾਰੀ ਕੰਨਿਆ ਹਾਈ ਸਕੂਲ ਅਨੰਦਪੁਰ ਸਾਹਿਬ ਤੋਂ ਆਪਣੀ ਡਿਊਟੀ ਤੋਂ ਬਾਅਦ ਸਕਾਰਪੀਓ ਗੱਡੀ ਤੇ ਸਵਾਰ ਹੋ ਕੇ ਆਪਣੇ ਘਰ ਰਾਵਲ ਮਾਜਰਾ ਆ ਰਿਹਾ ਸੀ ਕਿ ਜਦ ਉਹ ਕਨੌਲੀ ਫਾਟਕਾਂ ਤੇ ਪਹੁੰਚਿਆ ਤਾਂ ਸਕਾਰਪੀਓ ਗੱਡੀ ਦੇ ਬੋਨਟ ਦੇ ਵਿੱਚੋਂ ਧੂੰਆਂ ਨਿਕਲਣ ਲੱਗ ਪਿਆ। ਦੇਖਦਿਆਂ ਬੋਨਟ ਦੇ ਅੰਦਰ ਅੱਗ ਲੱਗ ਗਈ ਹੈ ਤੇ ਮੌਕੇ ਤੇ ਆਏ ਰਾਹਗੀਰਾਂ ਤੇ ਨੌਜਵਾਨਾਂ ਦੇ ਵੱਲੋਂ ਉਸਨੂੰ ਸੁਰੱਖਿਅਤ ਗੱਡੀ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਤੇ ਪਾਣੀ ਦੇ ਨਾਲ ਅੱਗ ਬੁਝਾਈ ਗਈ ਹੈ। ਉਧਰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਵੱਲੋਂ ਅੱਗ ਤੇ ਕਾਬੂ ਪਾ ਲਿਆ ਗਿਆ। ਉਪਰੰਤ ਰੂਪਨਗਰ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ। ਅੱਗ ਲੱਗਣ ਦਾ ਕਾਰਨ ਓਵਰ ਹੀਟ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ। ਫਿਲਹਾਲ ਦੇ ਲਈ ਅੱਗ ਤੇ ਕਾਬੂ ਪਾ ਲਿਆ ਗਿਆ। ਇਹ ਰੌਲ ਮਾਜਰੇ ਦੇ ਮਾਟਰ ਦੀ ਸਕੋਰਪੀਓ ਕਾਰ ਆ ਅਤੇ ਅੱਗ ਓਵਰ ਹੀਟ ਹੋ ਗਈ ਗੱਡੀ ਅਤੇ ਫਾਟਕਾਂ 'ਤੇ, ਕਨੌਲੀ ਫਾਟਕਾਂ 'ਤੇ। ਠੀਕ ਆ ਜੀ।